ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਪੰਜਾਬ ਜੌਬਸ ਅਕੈਡਮੀ ਤੇ ਤੁਹਾਨੂੰ ਪਤਾ ਆਪਣੀ ਚੱਲ ਰਹੀ ਸਾਡਾ ਪੰਜਾਬ ਕਿਤਾਬ ਦੀ ਸੀਰੀਜ਼ ਜਿਹਦੇ ਵਿੱਚ ਆਪਾਂ ਇੱਕ ਇੱਕ ਕਰਕੇ ਸਾਰੇ ਚੈਪਟਰ ਕਵਰ ਕਰ ਰਹੇ ਆਂ ਆਪਣਾ ਚੌਥਾ ਚੈਪਟਰ ਚੱਲ ਰਿਹਾ ਸੀ ਉਹਦਾ ਅੱਜ ਲਾਸਟ ਪਾਰਟ ਹੈ ਜਿਹਦੇ ਵਿੱਚ ਆਪਾਂ ਮਹਾਰਾਜਾ ਰਣਜੀਤ ਸਿੰਘ ਪਹਿਲਾ ਐਂਗਲੋ ਸਿੱਖ ਯੁੱਧ ਤੇ ਦੂਜਾ ਐਂਗਲੋ ਸਿੱਖ ਯੁੱਧ ਦੇਖਾਂਗੇ ਸਾਡਾ ਪੰਜਾਬ ਕਿਤਾਬ ਤੋਂ ਬਾਹਰੋਂ ਵੀ ਕੁਝ ਜਿਹੜੇ ਕੁਐਸਚਨਸ ਬਣ ਸਕਦੇ ਨੇ ਉਹ ਵੀ ਆਪਾਂ ਇਸ ਸੀਰੀਜ਼ ਦੇ ਵਿੱਚ ਲੈਏ ਹੋਏ ਨੇ ਜਿੰਨੇ ਵੀ ਕੁਐਸਚਨਸ ਬਣਨ ਦੀ ਉਮੀਦ ਹੈ ਜਿਹੜੇ ਅੱਗੇ ਵਾਲੇ ਪੇਪਰਾਂ ਦੇ ਵਿੱਚ ਪੁੱਛੇ ਜਾਣਦੇ ਇਸ ਬਹੁਤ ਜ਼ਿਆਦਾ ਚਾਂਸਸ ਨੇ ਸਾਰੇ ਆਪਾਂ ਦੇਖਾਂਗੇ ਚੱਲਦੇ ਆਂ ਪਹਿਲਾ ਕੁਐਸਚਨ ਆਪਣੇ ਕੋਲੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ 13 ਨਵੰਬਰ 1780 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਸ਼ੁਕਰਚੱਕੀਆ ਮਿਸਲ ਨਾਲ ਸੰਬੰਧਿਤ ਸਨ ਸਰਦਾਰ ਮਹਾ ਸਿੰਘ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਅਤੇ ਇਹਨਾਂ ਦੀ ਮਾਤਾ ਦਾ ਨਾਮ ਸੀ ਰਾਜਕੌਰ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜਕੌਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਮਾਈ ਮਲਵੈਣ ਮਾਈ ਮਾਜਣ ਮਾਈ ਦੁਆਬਣ ਜਾਂ ਮਾਜੇ ਦੀ ਮਾਜਣ ਤਾਂ ਇਹਨਾਂ ਨੂੰ ਮਾਈ ਮਲਵੈਣ ਵੀ ਕਿਹਾ ਜਾਂਦਾ ਸੀ ਕਿਉਂਕਿ ਇਹ ਮਾਲਵੇ ਦੇ ਰਹਿਣ ਵਾਲੇ ਸੀ ਮਾਲਵੇ ਦੇ ਜੀਂਦ ਦੇ ਸਰਦਾਰ ਗਜਪਤ ਦੀ ਧੀ ਸੀ ਇਹਨਾਂ ਦੀ ਮਾਤਾ ਰਾਜਕੌਰ ਰਾਜਕੌਰ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵਾਈਫ ਦਾ ਨਾਮ ਵੀ ਸੀ ਉਹਦੇ ਨਾਲ ਲਿੰਕ ਨਾ ਕਰਿਓ ਇਹਨਾਂ ਨੂੰ ਇਹ ਇਹਨਾਂ ਦੀ ਮਾਤਾ ਜੀ ਸੀ ਮਾਤਾ ਰਾਜਕੌਰ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਕਿਵੇਂ ਚਲੀ ਗਈ ਸੀ ਤਾਂ ਚੇਚਕ ਕਰਕੇ ਇਹਨਾਂ ਦੀ ਇੱਕ ਅੱਖ ਚਲੀ ਗਈ ਸੀ ਬਚਪਨ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਕਦੋਂ ਹੋਇਆ ਸੀ ਕਿਉਂਕਿ ਮਹਿਤਾਬ ਕੌਰ ਨਾਲ ਵਿਆਹ ਹੋਣ ਤੋਂ ਬਾਅਦ ਵੀ ਇਹਨਾਂ ਦੇ ਕੁਝ ਵਹਿ ਹੋਏ ਸੀ ਤਾਂ ਇਹਨਾਂ ਦਾ ਜਿਹੜਾ ਮਹਿਤਾਬ ਕੌਰ ਨਾਲ ਵਿਆਹ ਹੋਇਆ ਸੀ 1796 ਦੇ ਵਿੱਚ ਮਹਿਤਾਬ ਕੌਰ ਜਿਹੜੇ ਸੀ ਕਨਈਆ ਮਿਸਲ ਦੇ ਜੈ ਸਿੰਘ ਦੀ ਮਤਲਬ ਜੈ ਸਿੰਘ ਦੀ ਪੋਤੀ ਸੀ ਤੇ ਗੁਰਬਖਸ਼ ਸਿੰਘ ਦੀ ਧੀ ਸੀ ਕਨਈਆ ਮਿਸਲ ਦੇ ਜਿਹੜੇ ਫਾਊਂਡਰ ਸੀ ਜੈ ਸਿੰਘ ਉਹਨਾਂ ਦੀ ਧੀ ਸੀ ਜੈ ਕਨਿਆ ਲਾਲਕੀ ਕੋਣ ਦਿੱਕੜੀ ਦਾ ਹਿੱਸਾ ਨਹੀਂ ਸੀ ਰਾਜਕੌਰ ਸਦਾਕੌਰ ਮਹਾ ਸਿੰਘ ਇਹ ਲਖਪਤ ਰਾਏ ਤਾਂ ਮਹਾ ਸਿੰਘ ਟਿਕੜੀ ਦਾ ਹਿੱਸਾ ਨਹੀਂ ਸੀ ਟਿਕੜੀ 1792 ਦੇ ਵਿੱਚ ਮਹਾ ਸਿੰਘ ਦੀ ਜਿਸ ਟਾਈਮ ਮੌਤ ਹੋ ਗਈ ਸੀ ਤਾਂ ਉਸ ਸਮੇਂ ਤੇ ਮਹਾਰਾਜਾ ਰਣਜੀਤ ਸਿੰਘ ਨਾਬਾਲਗ ਸਨ ਬਹੁਤ ਘੱਟ ਉਮਰ ਸੀ ਇਹਨਾਂ ਦੀ ਲਗਭਗ 12 ਸਾਲ ਤਾਂ ਇਹ ਜਿਹੜਾ ਪ੍ਰਸ਼ਾਸਨ ਸੀ ਉਸ ਸਮੇਂ ਤੇ ਪੰਜਾਬ ਦਾ ਤਾਂ ਰਾਜਕੌਰ ਸਦਾਕੌਰ ਅਤੇ ਲਖਪਤ ਰਾਏ ਨੇ ਮਿਲ ਕੇ ਚਲਾਇਆ ਸੀ ਇਸ ਲਈ ਇਹਨੂੰ ਉਸ ਜਿਹੜਾ ਉਹ ਟਾਈਮ ਸੀ 1901 ਸੌਰੀ 1792 ਤੋਂ ਲੈ ਕੇ 1797 ਦਾ ਉਹਨੂੰ ਤਿੱਕੜੀ ਦਾ ਪ੍ਰਸ਼ਸਤੀ ਵੀ ਕਿਹਾ ਜਾਂਦਾ ਸੀ ਮਤਲਬ ਕਿ ਤਿੱਕੜੀ ਪ੍ਰਸ਼ਾਸਨ ਚਲਾ ਰਹੀ ਸੀ ਉਸ ਟਾਈਮ ਤੇ ਰਾਜਕੌਰ ਸਦਾਕੌਰ ਤੇ ਲਖਪਤਰਾਏ ਮਿਲ ਕੇ ਸ਼ਾਸਨ ਚਲਾ ਰਹੇ ਸੀ ਫਿਰ 1797 ਦੇ ਵਿੱਚ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਗੱਦੀ ਤੇ ਬੈਠ ਹੀ ਗਏ ਸੀ ਰਣਜੀਤ ਸਿੰਘ ਨੇ ਲਾਹੌਰ ਕਦੋਂ ਜਿੱਤਿਆ ਸੀ ਤਾਂ ਲਾਹੌਰ ਦੀ ਜਿਹੜੀ ਜਿੱਤ ਸੀ ਮਹਾਰਾਜਾ ਰਣਜੀਤ ਸਿੰਘ ਦੀ ਇਹ ਪਹਿਲੀ ਜਿੱਤ ਸੀ 1799 ਦੇ ਵਿੱਚ ਇਹਨਾਂ ਨੇ ਲਾਹੌਰ ਜਿੱਤਿਆ ਸੀ ਫਸਟ ਵਿਕਟਰੀ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਕਦੋਂ ਐਲਾਨਿਆ 1801 ਦੇ ਵਿੱਚ 1801 ਦੇ ਵਿੱਚ 12 ਅਪ੍ਰੈਲ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕਰਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਕਦੋਂ ਜਿੱਤਿਆ ਸੀ ਅੰਮ੍ਰਿਤਸਰ ਅੰਮ੍ਰਿਤਸਰ ਦੀ ਸੰਧੀ ਤਾਂ 1809 ਦੇ ਵਿੱਚ ਹੋਈ ਸੀ ਪਰ ਅੰਮ੍ਰਿਤਸਰ ਜਿੱਤਿਆ ਮਹਾਰਾਜਾ ਰਣਜੀਤ ਸਿੰਘ ਨੇ 1805 ਦੇ ਵਿੱਚ ਸੀ ਇਹਦੇ ਨਾਲ ਕਨਫਿਊਜ਼ ਨਾ ਹੋਇਓ ਜਿੱਤਿਆ 1805 ਦੇ ਵਿੱਚ ਜਿਹੜੀ ਅੰਗਰੇਜ਼ਾਂ ਨਾਲ ਸੰਧੀ ਕਰੀ ਸੀ ਉਹ ਕਰੀ ਸੀ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਾਲਵੇ ਤੇ ਪਹਿਲਾ ਹਮਲਾ ਕਦੋਂ ਕਰਿਆ ਸੀ ਜਿਹੜੀ ਪਹਿਲੀ ਵੈਸੇ ਪਹਿਲੇ ਪਹਿਲੀ ਜਿੱਤ ਇਹਨਾਂ ਦੀ ਹੈਗੀ ਸੀ ਲਾਹੌਰ ਦੀ ਆਪਾਂ ਪਿੱਛੇ ਵੀ ਦੇਖੀ ਹੈ ਜਿਹੜੀ ਲਾਹੌਰ ਦੀ 1799 ਦੇ ਵਿੱਚ ਪਰ ਜਿਹੜਾ ਮਾਲਵਾ ਇਲਾਕੇ ਦੇ ਵਿੱਚ ਪਹਿਲਾ ਹਮਲਾ ਕਰਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹ ਕਰਿਆ ਸੀ 1806 ਦੇ ਵਿੱਚ ਕਰਿਆ ਵੀ ਉਹ ਦੁਲੱਦੀਪਿੰਡ ਨਾਬੇ ਦੇ ਕੋਲ ਪੈਂਦਾ ਨਾਪਾ ਤਹਿਸੀਲ ਦੇ ਵਿੱਚ ਆਉਂਦਾ ਹੈ ਨਾ ਬਿਲਕੁਲ ਨਾਲ ਹੀ ਲੱਗਦਾ 90 ਦੇ ਉਥੇ ਜਿਹੜਾ ਪਟਿਆਲੇ ਦਾ ਰਾਜਾ ਤੇ 90 ਦਾ ਰਾਜਾ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਸੀ ਤਾਂ ਉਹਦੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਲਈ ਦਲੁੱਦੀ ਤੇ ਜਿਹੜਾ ਉਹ ਹਮਲਾ ਕਰਿਆ ਸੀ ਮਾਲਵੇ ਦੇ ਵਿੱਚ ਪਹਿਲਾ ਹਮਲਾ ਸੀ ਇਹਨਾਂ ਦਾ ਦੂਜਾ ਹਮਲਾ 1807 ਚ ਕਰਿਆ ਸੀ ਪਹਿਲਾ 1806 ਚ ਦੂਜਾ 1807 ਚ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ ਤੁਹਾਨੂੰ ਪਿੱਛੇ ਵੀ ਦੱਸ ਕੇ ਹਟਿਆ 1809 ਦੇ ਵਿੱਚ 25 ਅਪ੍ਰੈਲ 1809 ਨੂੰ ਅੰਮ੍ਰਿਤਸਰ ਦੀ ਸੰਧੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ ਇਹਦੇ ਵਿੱਚ ਫਿਰ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸਮਝੌਤਾ ਕਰ ਲਿਆ ਸੀ ਕਿ ਜਿਹੜੇ ਸਤਲੁਜ ਤੋਂ ਨੀਚੇ ਦੇ ਇਲਾਕੇ ਨੇ ਉਹਨਾਂ ਤੋਂ ਮਤਲਬ ਉਹਨਾਂ ਤੇ ਅੰਗਰੇਜ਼ਾਂ ਦਾ ਸ਼ਾਸਨ ਰਹੇਗਾ ਸਤਲੁਜ ਤੋਂ ਉੱਪਰ ਦੇ ਇਲਾਕਿਆਂ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਰਹੇਗਾ ਮਤਲਬ ਇੱਕ ਬਾਉਂਡਰੀ ਬਣਾਤੀ ਸੀ ਸਤਲੁਜ ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ ਕਿਸ ਦਰਿਆ ਨੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦੇ ਇਲਾਕਿਆਂ ਨੂੰ ਵਕਰਤਾ ਸੀ ਹੁਣੀ ਦਸ ਕਿਹੜਿਆਂ ਤੋਂ ਉਹਨੂੰ ਸਤਲੁਜ ਦਰਿਆ 1809 ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਨਾਲ ਇਹ ਹੋਇਆ ਸੀ ਰਣਜੀਤ ਸਿੰਘ ਨੇ ਮੁਲਤਾਨ ਨੂੰ ਕਦੋਂ ਜਿੱਤਿਆ ਸੀ ਦੇਖੋ ਮੁਲਤਾਨ ਦਾ ਸੁਲਤਾਨ ਕਿਹਾ ਜਾਂਦਾ ਵਰਿੰਦਰ ਸਹਾਵਾਗ ਨੂੰ ਵਰਿੰਦਰ ਸਹਾਵਾਗ ਦਾ ਜਿਹੜਾ ਹਾਈਐਸਟ ਸਕੋਰ ਆ ਉਹ 319 ਹੈ ਜਿਹੜਾ ਮੁਲਤਾਨ ਦੇ ਵਿੱਚ ਬਣਾਇਆ ਹੋਇਆ ਹੈ ਮਤਲਬ ਜਿਵੇਂ ਕਿ ਮੈਂ ਯਾਦ ਰੱਖਿਆ ਹੋਇਆ ਹੈ 319 ਹੈ ਪਰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਮੁਲਤਾਨ ਤੇ ਹਮਲਾ ਕਰਾਇਆ ਸੀ ਉਹ 1819 ਨਹੀਂ 1818 ਦੇ ਵਿੱਚ ਕਰਾਇਆ ਸੀ ਮਤਲਬ ਇੱਕ ਸਾਲ ਪਹਿਲਾਂ ਹੀ ਕਰਤਾ ਸੀ 1819 ਚ ਮਤਲਬ 319 ਤੇ 1818 1819 ਨਹੀਂ 1818 ਮਹਾਰਾਜਾ ਰਣਜੀਤ ਸਿੰਘ ਨੇ 1819 ਚ ਕਸ਼ਮੀਰ ਵਿੱਚੋਂ ਕਿਸ ਨੂੰ ਕੱਢਦਾ ਸੀ 1818 ਚ ਤਾਂ ਮੁਲਤਾਨ ਤੇ ਹਮਲਾ ਕਰਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ 1819 ਚ ਕਰਿਆ ਸੀ ਕਸ਼ਮੀਰ ਤੇ ਤੇ ਕਸ਼ਮੀਰ ਦੇ ਵਿੱਚੋਂ ਪਸ਼ਤੂਨਾਂ ਨੂੰ ਕੱਢਦਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਜਿੱਤ ਕਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਆਖਰੀ ਜਿੱਤ ਸੀ ਉਹ ਸੀ ਪੇਸ਼ਾਵਰ ਪਸ਼ਾਵਰ ਜਿੱਤਿਆ ਸੀ 1837 ਦੇ ਵਿੱਚ ਉਸ ਤੋਂ ਬਾਅਦ ਜੇ ਕਸ਼ਮੀਰ ਦੀ ਗੱਲ ਕਰਾਂ ਤਾਂ 1819 ਦੇ ਵਿੱਚ ਕਸ਼ਮੀਰ ਜਿੱਤ ਲਿਆ ਸੀ ਠੀਕ ਹੈ ਕਸ਼ਮੀਰ ਅਤੇ ਮਲਤਾਨ ਨੂੰ ਇੱਕ ਦੂਜੇ ਨਾਲ ਲਿੰਕ ਕਰ ਸਕਦੇ ਹਾਂ 1819 1818 ਜਦਕਿ ਉਸ ਤੋਂ ਬਾਅਦ ਜੇ اٹਕ ਦੀ ਗੱਲ ਕਰਦੇ ਆ ਤਾਂ ਤੇਰੇ ਅੱਗੇ اٹਕਦਾ ਨਹੀਂ 1813 ਦੇ ਵਿੱਚ اٹਕ ਜਿੱਤ ਲਿਆ ਸੀ ਅਤੇ ਕਾਂਗੜੇ ਨੂੰ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਦੀ ਸੰਧੀ ਕਰਨ ਗਏ ਸੀ ਠੀਕ ਹੈ ਮਤਲਬ ਕਿ 1809 ਦੇ ਵਿੱਚ ਕਾਂਗੜਾ ਜਿੱਤ ਲਿਆ ਸੀ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਸੰਧੀ ਕਰਨ ਗਏ ਸੀ ਤ੍ਰੇਪੱਖੀ ਸੰਧੀ ਕਦੋਂ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ ਅਤੇ ਸ਼ਾਹ ਸੁਜਾ ਦੇ ਵਿਚਕਾਰ ਹੋਈ ਸੀ ਤ੍ਰੇਪੱਖੀ ਸੰਧੀ 1838 ਦੇ ਵਿੱਚ ਤਾਂ ਇਹਦੇ ਵਿੱਚ ਕੀ ਸਮਝੌਤਾ ਕੀਤਾ ਗਿਆ ਸੀ ਕਿ ਜਿਹੜਾ ਸ਼ਾਹ ਸੁਜਾ ਉਹਨੂੰ ਈਰਾਨ ਦਾ ਮਹਾਰਾਜਾ ਬਣਾਉਣ ਦੇ ਵਿੱਚ ਹੈਲਪ ਕਰਨਗੇ ਅੰਗਰੇਜ਼ ਅਤੇ ਮਹਾਰਾਜਾ ਰਣਜੀਤ ਸਿੰਘ ਕਿਹੜਾ ਗੁਰਦੁਆਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਬਣਾਇਆ ਸੀ ਪਟਨਾ ਸਾਹਿਬ ਹਜ਼ੂਰ ਸਾਹਿਬ ਆਨੰਦਪੁਰ ਸਾਹਿਬ ਜਾਂ ਸਾਰੇ ਸਹੀ ਨਹੀਂ ਜਿਹੜਾ ਆਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਇਹ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਬਣਾਇਆ ਸੀ ਤਖਤ ਸ੍ਰੀ ਪਟਨਾ ਸਾਹਿਬ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੋਨੋਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਬਣਾਏ ਸੀ ਪਟਨਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਅਤੇ ਹਜ਼ੂਰ ਸਾਹਿਬ ਦੇ ਵਿੱਚ ਨੰਦੇੜ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਸੀ ਤਾਂ ਇਹ ਜਿਹੜੇ ਦੋਨੋਂ ਗੁਰਦੁਆਰਾ ਸਾਹਿਬ ਨੇ ਦੋਨੋਂ ਤਖਤ ਨੇ ਆਪਣੇ ਟੋਟਲ ਪੰਜ ਤਖਤ ਨੇ ਸਿੱਖਾਂ ਦੇ ਤਾਂ ਜਿਹੜੇ ਸਿੱਖਾਂ ਦੇ ਪੰਜ ਤਖਤਾਂ ਦੇ ਵਿੱਚੋਂ ਦੋ ਤਖਤ ਨੇ ਜਿਹੜੇ ਪੰਜਾਬ ਤੋਂ ਬਾਹਰ ਨੇ ਉਹ ਦੋਨੋਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਬਣਾਏ ਸੀ ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਮਹਾਰਾਜਾ ਰਣਜੀਤ ਸਿੰਘ ਨੂੰ ਕੋਹੀਨੂਰ ਹੀਰਾ ਕਿਸ ਕੋਲੋਂ ਮਿਲਿਆ ਸੀ ਤਾਂ ਜਿਹੜਾ ਸ਼ਾਹ ਸੁਜਾ ਸੀ ਉਹਦੀ ਵਾਈਫ ਸੀ ਉਹਦੇ ਘਰ ਵਾਲੀ ਸੀ ਵਫਾ ਬੇਗਮ ਉਹਨੇ ਵਾਅਦਾ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨਾਲ ਕੋਹੀਨੂਰ ਹੀਰਾ ਦੇਣ ਵਾਸਤੇ ਕਿ ਜੇ ਉਹ ਸ਼ਾਹ ਸੁਜਾ ਦੀ ਜਾਨ ਬਚਾਉਣਗੇ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਉਹ ਕੋਹੀਨੂਰ ਹੀਰਾ ਦੇਵੇਗੀ ਤਾਂ ਵਫਾ ਬੇਗਮ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਹੀਰਾ ਕੋ ਮਤਲਬ ਜਿਹੜਾ ਕੋਹੀਨੂਰ ਹੀਰਾ ਦਿੱਤਾ ਸੀ ਕੋਹੀਨੂਰ ਹੀਰੇ ਦਾ ਮਤਲਬ ਜਿਹੜਾ ਇਹਨੂੰ ਕਹਿੰਦਾ ਕੋਹੀ ਨੂਰ ਮਤਲਬ ਕੀ ਨੂਰ ਦਾ ਪਰਬਤ ਮਹਾਰਾਜਾ ਰਣਜੀਤ ਸਿੰਘ ਨੇ ਲਗਾਨ ਦਾ ਕਿੰਨਾ ਹਿੱਸਾ ਸੈਨਾ ਉੱਤੇ ਖਰਚ ਕਰਨਾ ਖਰਚਣਾ ਮਤਲਬ ਸ਼ੁਰੂ ਕੀਤਾ ਸੀ ਤਾਂ ਇਹਨਾਂ ਨੇ ਆਪਣੀ ਜਿਹੜੀ ਜਿਹੜਾ ਲਗਾਨ ਹੁੰਦਾ ਸੀ ਜਿਹੜਾ ਟੈਕਸ ਹੁੰਦਾ ਸੀ ਉਹਦਾ 1/3 ਹਿੱਸਾ ਇੱਕ ਤਿਹਾਈ ਹਿੱਸਾ ਸੈਨਾ ਦੇ ਉੱਪਰ ਖਰਚ ਕਰਨਾ ਸ਼ੁਰੂ ਕਰਤਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਯੂਰਪੀ ਤਰੀਕੇ ਨਾਲ ਸੈਨਾ ਦਾ ਨਵੀਨੀਕਰਨ ਕਦੋਂ ਕੀਤਾ ਸੀ ਤਾਂ 1822 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਦੋ ਬ੍ਰਿਟਿਸ਼ਰਜ਼ ਨੂੰ ਆਪਣੇ ਆਪਣੀ ਸੈਨਾ ਦੇ ਵਿੱਚ ਰੱਖਿਆ ਸੀ ਵੈਂਚੂਰਨ ਅਤੇ ਅਲਾਰਡ ਨੂੰ ਇਹਨਾਂ ਨੂੰ ਦੋਨਾਂ ਨੂੰ ਮਤਲਬ ਕਿ ਸੈਨਾ ਦੀ ਅਗਵਾਈ ਕਰਨ ਦੇ ਲਈ ਰੱਖਿਆ ਗਿਆ ਸੀ ਪੈਦਲ ਸੈਨਾ ਦੇ ਲਈ ਵੈਂਚੂਰਾ ਨੂੰ ਅਤੇ ਅਲਾਰਡ ਨੂੰ ਘੋੜਸਵਾਰ ਸੈਨਾ ਦਾ ਜਿਹੜਾ ਕਮਾਂਡਰ ਬਣਾਇਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਕੋਹੀਨੂਰ ਹੀਰਾ ਕਿੱਥੇ ਪਹੰਦੇ ਸੀ ਤਾਂ ਇਹਦੇ ਵਿੱਚ ਵੀ ਨਾ ਕਨਫਿਊਜ਼ ਹੋਇਓ ਮਹਾਰਾਜਾ ਰਣਜੀਤ ਸਿੰਘ ਆਪਣੀ ਬਾਹ ਦੇ ਉੱਪਰ ਕੋਹੀਨੂਰ ਹੀਰਾ ਪਹੰਦੇ ਸੀ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ਸੀ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮੌਤ ਉਹ ਹੋਈ ਸੀ ਕਿਸ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਨਾਲ ਨਹੀਂ ਹੈ ਨਾਨਕਸ਼ਾਹੀ ਸਿੱਕੇ ਮਹਾਰਾਜਾ ਰਣਜੀਤ ਸਿੰਘ ਨੇ ਜਾਰੀ ਕਰੇ ਸੀ ਤਖਤ ਸ੍ਰੀ ਪਟਨਾ ਸਾਹਿਬ ਇਹ ਵੀ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਤਖਤ ਸ੍ਰੀ ਹਜ਼ੂਰ ਸਾਹਿਬ ਇਹ ਵੀ ਬਣਾਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਹਰਮੰਦਰ ਸਾਹਿਬ ਦੀਆਂ ਕੰਧਾਂ ਉੱਤੇ ਜਿਹੜਾ ਸੋਨਾ ਲੱਗਿਆ ਹੋਇਆ ਇਹ ਵੀ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਉਹਦੇ ਤੋਂ ਬਿਨਾਂ ਕਈ ਮੰਦਰਾਂ ਨੂੰ ਵੀ ਦਾਨ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀ ਤਾਂ ਇਹ ਸਾਰੇ ਹੀ ਆਪਸ਼ਨ ਨੇ ਜਿਹੜੇ ਉਹ ਸਹੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਜਗਦੀ ਤੇ ਕੌਣ ਬੈਠਾ ਤਾਂ ਇਹਨਾਂ ਦੇ ਜਿਹੜੇ ਸਾਰਿਆਂ ਤੋਂ ਵੱਡੇ ਪੁੱਤਰ ਸੀ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1839 ਚ ਗੱਦੀ ਤੇ ਬੈਠੇ ਸੀ ਖੜਕ ਸਿੰਘ ਬਹੁਤ ਜਿਆਦਾ ਯੋਗ ਸ਼ਾਸਕ ਨਹੀਂ ਸੀ ਤਾਂ ਇਹਦੀ ਜਗ੍ਹਾ ਤੇ ਸ਼ਾਸਨ ਇਹਦੀ ਵਾਈਫ ਸੀ ਚੰਦਕੌਰ ਇਹਦੇ ਘਰ ਵਾਲੀ ਚੰਦਕੌਰ ਸੀ ਮਤਲਬ ਉਹਦਾ ਜਿਹੜਾ ਰਿਸ਼ਤੇਦਾਰ ਸੀ ਚੇਤ ਸਿੰਘ ਵਾਜਵਾ ਉਹੀ ਸ਼ਾਸਨ ਚਲਾ ਰਿਹਾ ਸੀ ਖੜਕ ਸਿੰਘ ਦੀ ਜਗ੍ਹਾ ਤੇ ਦਲੀਪ ਸਿੰਘ ਨੂੰ ਮਹਾਰਾਜਾ ਬਣਾਉਣ ਦੇ ਵਿੱਚ ਕਿਹਨੇ ਮਦਦ ਕੀਤੀ ਸੀ ਤਾਂ ਹੀਰਾ ਸਿੰਘ ਡੋਗਰਾ ਸੀ ਜਿਹੜਾ ਹੀਰਾ ਸਿੰਘ ਡੋਗਰਾ ਇਹ ਧਿਆਨ ਸਿੰਘ ਡੋਗਰਾ ਦਾ ਅ ਮਤਲਬ ਪੁੱਤਰ ਸੀ ਇਹ ਜਿਹੜਾ ਮੰਤਰੀ ਰਿਹਾ ਸੀ ਮੁੱਖ ਮੰਤਰੀ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਵੀ ਤਾਂ ਹੀਰਾ ਸਿੰਘ ਡੋਗਰਾ ਨੇ ਮਦਦ ਕੀਤੀ ਸੀ ਦਲੀਪ ਸਿੰਘ ਨੂੰ ਮਹਾਰਾਜਾ ਬਣਾਉਣ ਦੇ ਵਿੱਚ ਇਹ ਕੁਐਸਚਨ ਪਿੱਛੇ ਸੀ ਇਹ ਅੱਗੇ ਐਡ ਹੋ ਗਿਆ ਚੇਤ ਸਿੰਘ ਵਾਜਵਾ ਨੂੰ ਕਿਸ ਨੇ ਮਾਰ ਦਿੱਤਾ ਸੀ ਤਾਂ ਨੌਨਿਹਾਲ ਸਿੰਘ ਨੇ ਧਿਆਨ ਸਿੰਘ ਡੋਗਰਾ ਦੀ ਮਦਦ ਨਾਲ ਮਾਰ ਦਿੱਤਾ ਸੀ ਕਿਉਂਕਿ ਧਿਆਨ ਸਿੰਘ ਡੋਗਰਾ ਮੁੱਖ ਮੰਤਰੀ ਸੀ ਤਾਂ ਉਹ ਮਤਲਬ ਵਧੀਆ ਨਹੀਂ ਸਮਝਦਾ ਸੀ ਕਿ ਜਿਹੜਾ ਸ਼ਾਸਨ ਹੈ ਕੋਈ ਬਾਹਰ ਦਾ ਬੰਦਾ ਚਲਾਵੇ ਤਾਂ ਇਸ ਲਈ ਧਿਆਨ ਸਿੰਘ ਨੇ ਨੌਨਿਹਾਲ ਸਿੰਘ ਨੂੰ ਮੋਟੀਵੇਟ ਕੀਤਾ ਕਿ ਮਤਲਬ ਚੇਤ ਸਿੰਘ ਬਾਜਵਾ ਨੂੰ ਮਾਰ ਕੇ ਤੋਂ ਜਿਹੜਾ ਪ੍ਰਸ਼ਾਸਨ ਹੈ ਉਹ ਆਪ ਚਲਾ ਨੌਨਿਹਾਲ ਸਿੰਘ ਕਾਫੀ ਯੋਗ ਸ਼ਾਸਕ ਰਿਹਾ ਵੈਸੇ ਪਰ ਥੋੜਾ ਟਾਈਮ ਥੋੜੇ ਟਾਈਮ ਬਾਅਦ ਜਿਹੜੀ ਨੌਨਿਹਾਲ ਸਿੰਘ ਦੀ ਮੌਤ ਹੋ ਗਈ ਸੀ ਨੌਨਿਹਾਲ ਸਿੰਘ ਕਿੰਨੇ ਸਾਲ ਦੀ ਉਮਰ ਚ ਰਾਜ ਗੱਦੀ ਤੇ ਬੈਠਾ ਸੀ ਤਾਂ 1821 ਦੇ ਵਿੱਚ ਜਨਮ ਹੋਇਆ ਸੀ ਇਹਦਾ 1940 ਦੇ ਵਿੱਚ ਲਗਭਗ 19 ਸਾਲ ਦੀ ਉਮਰ ਦੇ ਵਿੱਚ ਨੌਨਿਹਾਲ ਸਿੰਘ ਜਿਹੜਾ ਗੱਦੀ ਤੇ ਬੈਠਾ ਸੀ ਹਜ਼ੂਰੀ ਬਾਗ ਦੀ ਚਗਾਠ ਡਿਗਣ ਕਰਨ 1840 ਦੇ ਵਿੱਚ ਜਿਹੜਾ ਖੜਕ ਸਿੰਘ ਸੀ ਉਦੀ ਵੀ ਮੌਤ ਹੋ ਗਈ ਸੀ ਅਤੇ ਜਿਸ ਟਾਈਮ ਇਹ ਆਪਣੇ ਪਿਤਾ ਨੌਨਿਹਾਲ ਸਿੰਘ ਦਾ ਪੁੱਤਰ ਸੀ ਦਾ ਖੜਕ ਸਿੰਘ ਦਾ ਤਾਂ ਉਹਦਾ ਜਿਸ ਟਾਈਮ ਇਹ ਸੰਸਕਾਰ ਕਰਕੇ ਵਾਪਸ ਆ ਰਿਹਾ ਸੀ ਤਾਂ ਹਜੂਰੀ ਬਾਗ ਦੀ ਜਿਗਾਠ ਡਿੱਗਣ ਕਰਨ ਇਹਦੀ ਵੀ 1840 ਦੇ ਵਿੱਚ ਹੀ ਮੌਤ ਹੋ ਗਈ ਸੀ ਸਿੱਖ ਸਾਮਰਾਜ ਦਾ ਆਖਰੀ ਸ਼ਾਸਕ ਕੌਣ ਬਣਿਆ ਦਲੀਪ ਸਿੰਘ ਸਿੱਖ ਸਾਮਰਾਜ ਦਾ ਆਖਰੀ ਸ਼ਾਸਕ ਸੀ 1873 ਦੇ ਵਿੱਚ ਇਹ ਸ਼ਾਸਕ ਬਣਿਆ ਸੀ ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਸ਼ੁਰੂ ਹੋਇਆ 1845 ਦੇ ਵਿੱਚ ਪਹਿਲਾ ਐਂਗਲੋ ਸਿੱਖ ਯੁੱਧ ਸ਼ੁਰੂ ਹੋਇਆ ਸੀ 1845 42 ਦੋ ਸਾਲ ਦੋ ਸਾਲ ਨਹੀਂ ਲੰਮਾ ਕੁਝ ਮਹੀਨੇ ਕਿ ਚੱਲਿਆ ਸੀ ਇਹ ਦੋ ਤਿੰਨ ਕੁ ਮਹੀਨੇ ਲਗਭਗ ਤਾਂ ਇਹਦੇ ਵਿੱਚ ਪੰਜ ਲੜਾਈਆਂ ਹੋਈਆਂ ਸੀ ਮੋਦਕੀ ਦੀ ਲੜਾਈ ਫਿਰੋਜ਼ ਸ਼ਹਿਰ ਦੀ ਲੜਾਈ ਬੱਦੋਵਾਲ ਦੀ ਲੜਾਈ ਅਲੀਵਾਲ ਤੇ ਸਭਰਾਉਂ ਦੀ ਲੜਾਈ ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਕਿਹੜੀ ਲੜਾਈ ਸਿੱਖਾਂ ਨੇ ਜਿੱਤੀ ਸੀ ਤਾਂ ਇਹਦੇ ਵਿੱਚ ਪੰਜ ਲੜਾਈਆਂ ਹੋਈਆਂ ਸੀ ਪੰਜ ਦੇ ਵਿੱਚੋਂ ਜਿਹੜੀ ਬੱਦੋਵਾਲ ਦੀ ਲੜਾਈ ਸੀ ਉਹ ਸਿੱਖਾਂ ਨੇ ਜਿੱਤੀ ਸੀ ਇਦੇ ਵਿੱਚ ਰਣਜੋਤ ਸਿੰਘ ਮਜੀਠੀਆ ਜਿਹੜੇ ਲੀਡ ਕਰ ਰਹੇ ਸੀ ਸਿੱਖ ਫੌਜ ਨੂੰ ਜਨਵਰੀ 1846 ਦੇ ਵਿੱਚ ਹੋਈ ਸੀ ਰਣਜੋਤ ਸਿੰਘ ਮਜੀਠੀਆ ਨੇ ਸਰ ਹੈਨਰੀ ਸਮਿਥ ਨੂੰ ਇਸ ਲੜਾਈ ਦੇ ਵਿੱਚ ਹਰਾਇਆ ਸੀ ਪਹਿਲੇ ਐਂਗਲੋ ਸਿੱਖ ਯੁੱਧ ਦਾ ਅੰਤ ਕਿਸ ਸੰਧੀ ਨਾਲ ਹੋਇਆ ਤਾਂ ਦੋ ਸੰਧੀਆਂ ਹੋਈਆਂ ਸੀ ਲਾਹੌਰ ਦੀ ਸੰਧੀ ਅਤੇ ਪੈਰੋਵਾਲ ਦੀ ਸੰਧੀ ਇਹਨਾਂ ਦੋਨੋਂ ਸੰਧੀਆਂ ਦੇ ਨਾਲ ਜਿਹੜਾ ਮਤਲਬ ਕਿ ਜਿਹੜੀ ਸਟਾਰਟਿੰਗ ਦੇ ਵਿੱਚ ਤਾਂ ਜਿਸ ਟਾਈਮ ਯੁੱਧ ਖਤਮ ਹੋਇਆ ਉਦੋਂ ਤਾਂ ਲਾਹੌਰ ਦੀ ਸੰਧੀ ਹੋ ਗਈ ਸੀ ਉਸ ਤੋਂ ਕੁਝ ਸਮੇਂ ਬਾਅਦ ਜਿਹੜੀ ਉਹ ਪੈਰੋਵਾਲ ਦੀ ਸੰਧੀ ਹੋਈ ਸੀ ਲਗਭਗ 6 ਮਹੀਨੇ ਬਾਅਦ ਨਾ ਲਗਭਗ 9 ਮਹੀਨੇ ਬਾਅਦ ਲਾਹੌਰ ਦੀ ਸੰਧੀ ਮਾਰਚ 1846 ਦੇ ਵਿੱਚ ਹੋਈ ਸੀ ਦਲੀਪ ਸਿੰਘ ਨੂੰ ਇਹਦੇ ਵਿੱਚ ਅੰਗਰੇਜ਼ਾਂ ਨੇ ਮੰਨ ਲਿਆ ਸੀ ਲਾਹੌਰ ਦਾ ਰਾਜਾ ਉਸ ਤੋਂ ਵੀ ਨਾਲ ਉਹਨਾਂ ਨੇ ਕੁਝ ਇਲਾਕਾ ਅੰਗਰੇਜ਼ਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਕੁਝ ਲੋਕ ਇਲਾਕਾ ਵੇਚਤਾ ਅੰਗਰੇਜ਼ਾਂ ਨੇ ਅਤੇ ਜਿਹੜਾ ਜੁੱਧ ਜੁੱਧ ਦਾ ਪੂਰਾ ਖਰਚਾ ਸੀ ਅੰਗਰੇਜ਼ਾਂ ਨੇ ਉਹ ਵੀ ਇਹਦੇ ਵਿੱਚ ਮਹਾਰਾਜਾ ਦਲੀਪ ਸਿੰਘ ਤੋਂ ਜਿਹੜਾ ਉਹ ਲਿਆ ਸੀ ਪੈਰੋਵਾਲ ਦੀ ਸੰਧੀ ਦੀ ਗੱਲ ਕਰੀਏ ਤਾਂ ਇਹ ਹੋਈ ਇਹ ਸੰਧੀ ਸਾਈਨ ਕੀਤੀ ਗਈ ਸੀ ਦਸੰਬਰ ਦੇ ਵਿੱਚ 1846 ਦੇ ਵਿੱਚ ਹੀ ਇਹਦੇ ਵਿੱਚ ਇੱਕ ਅੱਠ ਪ੍ਰਤੀਨਿਧੀ ਮਤਲਬ ਸਿੱਖਾਂ ਦਾ ਪ੍ਰਤੀਨਿਧੀ ਮੰਡਲ ਬਣਾਤਾ ਸੀ ਅਤੇ ਨਾਲ ਹੀ ਜਿਹੜਾ ਹੈਨਰੀ ਲੌਰੈਂਸ ਸੀ ਉਹਨੂੰ ਪੰਜਾਬ ਦਾ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਸੀ ਪੈਰੋਵਾਲ ਦੀ ਸੰਧੀ ਤੋਂ ਬਾਅਦ ਇਹ ਦੋਨੋਂ ਸੰਧੀਆਂ ਜਿਹੜੀਆਂ ਇਹ ਪਹਿਲੇ ਵਿਸ਼ਵ ਯੁੱਧ ਦਾ ਮਤਲਬ ਜਿਹੜਾ ਖਾਤਮਾ ਇਹਨਾਂ ਦੋਨੋਂ ਸੰਧੀਆਂ ਦੇ ਨਾਲ ਕੀਤਾ ਗਿਆ ਸੀ ਲਗਭਗ ਅਤੇ ਜਿਹੜੇ ਪਹਿਲਾਂ ਪਹਿਲੇ ਵਿਸ਼ਵ ਯੁੱਧ ਦੇ ਉੱਪਰ ਮੈਂ ਇੱਕ ਵੀਡੀਓ ਬਣਾਈ ਸੀ ਠੀਕ ਹੈ ਉਹਦੇ ਵਿੱਚ ਮੈਂ ਮੈਪ ਦੇ ਥਰੂ ਕਿਹੜੀ ਲੜਾਈ ਕਿਹਨੇ ਜਿੱਤੀ ਕਿਵੇਂ ਕੀ ਕਾਰਨ ਰਿਹਾ ਇੱਕ ਸੀਕੁਐਂਸ ਦੇ ਵਿੱਚ ਲਿੰਕ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਹੋ ਸਕੇ ਤਾਂ ਜ਼ਰੂਰ ਦੇਖਿਓ ਉਹਦਾ ਵੀ ਜਿਹੜਾ ਲਿੰਕ ਆ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗਾ ਦੂਜਾ ਐਂਗਲੋ ਸਿੱਖ ਯੁੱਧ ਕਦੋਂ ਸ਼ੁਰੂ ਹੋਇਆ ਸੀ ਤਾਂ 1848 ਦੇ ਵਿੱਚ ਹੋਇਆ ਸੀ 1848 49 ਚੱਲਿਆ ਸੀ ਇਹ ਵੀ ਲਗਭਗ 2 ਮਹੀਨੇ ਹੀ ਚੱਲਿਆ ਜਾਦਾ ਲੰਬਾ ਨਹੀਂ ਚੱਲਿਆ ਕਿਹੜੀ ਲੜਾਈ ਦੂਜੇ ਐਂਗਲੋ ਸਿੱਖ ਯੁੱਧ ਦਾ ਹਿੱਸਾ ਨਹੀਂ ਸੀ ਦੂਜੇ ਐਂਗਲੋ ਪਹਿਲੇ ਐਂਗਲੋ ਸਿੱਖ ਯੁੱਧ ਦੇ ਵਿੱਚ ਤਾਂ ਹੋਈਆਂ ਸੀ 5 ਲੜਾਈਆਂ ਦੂਜੇ ਦੇ ਵਿੱਚ ਠੀਕ ਹੈ ਰਾਮਨਗਰ ਦੀ ਲੜਾਈ ਵੀ ਹੋਈ ਸੀ ਮਲਤਾਨ ਦੀ ਵੀ ਗੁਜਰਾਤ ਦੀ ਵੀ ਕੀਰਤਪੁਰ ਸਾਹਿਬ ਦੀ ਲੜਾਈ ਦੂਜੇ ਇੰਗਲੋ ਸਿੱਖ ਯੁੱਧ ਦੇ ਵਿੱਚ ਨਹੀਂ ਹੋਈ ਇਹਦੀ ਜਗ੍ਹਾ ਤੇ ਹੋਈ ਸੀ ਚਿੱਲਿਆਂਵਾਲਾ ਦੀ ਲੜਾਈ 1849 ਦੇ ਵਿੱਚ ਠੀਕ ਹੈ ਜੀ ਰਾਮਨਗਰ ਦੀ ਲੜਾਈ 1848 ਚ ਹੋ ਗਈ ਸੀ ਚਿੱਲਿਆਂਵਾਲਾ ਦੀ 1849 ਚ ਉਸ ਤੋਂ ਬਾਅਦ ਮਲਤਾਨ ਦੀ ਲੜਾਈ ਇਹ ਵੀ 1849 ਚ ਉਸ ਤੋਂ ਬਾਅਦ ਹੋਈ ਸੀ ਗੁਜਰਾਤ ਦੀ ਲੜਾਈ ਠੀਕ ਹੈ ਇਹ ਸਾਰੀਆਂ ਇਸੇ ਸੀਕੁਐਂਸ ਦੇ ਵਿੱਚ ਇਹ ਲੜਾਈਆਂ ਜਿਹੜੀਆਂ ਇਹ ਲੜੀਆਂ ਗਈਆਂ ਸੀ ਕਿਸ ਲੜਾਈ ਨੂੰ ਬੰਦੂਖਾਂ ਦੀ ਲੜਾਈ ਵੀ ਕਿਹਾ ਜਾਂਦਾ ਹੈ ਤਾਂ ਜਿਹੜੀ ਸਾਰਿਆਂ ਤੋਂ ਆਖਰੀ ਹੋਈ ਸੀ ਦੂਜੇ ਐਂਗਲੋ ਸਿੱਖ ਯੁੱਧ ਦੀ ਲੜਾਈ ਗੁਜਰਾਤ ਦੀ ਲੜਾਈ ਇਸ ਲੜਾਈ ਨੂੰ ਬੰਦੂਖਾਂ ਦੀ ਲੜਾਈ ਵੀ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਬੰਦੂਖਾਂ ਦਾ ਇਸਤੇਮਾਲ ਕੀਤਾ ਗਿਆ ਸੀ ਦੂਜੇ ਐਂਗਲੋ ਸਿੱਖ ਯੁੱਧ ਦੀ ਆਖਰੀ ਲੜਾਈ ਕਿਹੜੀ ਸੀ ਹੁਣੀ ਦਸ ਕੇਟਾਂ ਤੁਹਾਨੂੰ ਗੁਜਰਾਤ ਦੀ ਲੜਾਈ ਇਹਦੀ ਆਖਰੀ ਲੜਾਈ ਸੀ ਜਿਵੇਂ ਪਹਿਲੇ ਐਂਗਲੋ ਸਿੱਖ ਯੁੱਧ ਦੀ ਮੈਂ ਵੀਡੀਓ ਬਣਾਈ ਸੀ ਉਵੇਂ ਦੂਜੇ ਦੀ ਵੀ ਬਣਾਈ ਹੈ ਇਹਦੇ ਵਿੱਚ ਵੀ ਮੈਪ ਦੇ ਥਰੂ ਸਾਰਾ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਹੋ ਸਕੇ ਤਾਂ ਇਹਨੂੰ ਵੀ ਦੇਖ ਲਿਓ ਚੰਗੀ ਤਰ੍ਹਾਂ ਸਮਝ ਲੱਗ ਜਾਣਾ ਕਿਹੜਾ ਕਿਹੜੀ ਲੜਾਈ ਕਦੋਂ ਹੋਈ ਕਿਉਂ ਹੋਈ ਕੀ ਦੇ ਵਿਚਕਾਰ ਹੋਈ ਕੀ ਕਾਰਨ ਰਿਹਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਪੰਜਾਬ ਨੂੰ ਬ੍ਰਿਟਿਸ਼ ਰਾਜ ਕਦੋਂ ਬਣਾ ਲਿਆ ਗਿਆ ਸੀ ਤਾਂ 1849 ਦੇ ਵਿੱਚ 29 ਮਾਰਚ 1849 ਨੂੰ ਲਾਰਡ ਡਲਹੌਜੀ ਨੇ ਪੰਜਾਬ ਨੂੰ ਜਿਹੜਾ ਬ੍ਰਿਟਿਸ਼ ਰਾਜ ਦੇ ਵਿੱਚ ਮਿਲਾ ਲਿਆ ਸੀ ਠੀਕ ਹੈ ਜੀ ਠੀਕ ਹੈ ਦੋਸਤੋ ਇਹ ਚੈਪਟਰ ਨੰਬਰ 4 ਜਿਹੜਾ ਅੱਜ ਖਤਮ ਹੋ ਚੁੱਕਿਆ ਇਸ ਤੋਂ ਬਾਅਦ ਜਿਹੜਾ ਚੈਪਟਰ ਨੰਬਰ 5 ਹੈ ਉਹਦਾ ਉਹਨੂੰ ਆਪਾਂ ਡਿਸਕਸ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਅੱਗੇ ਜਿੰਨੇ ਵੀ ਚੈਪਟਰ ਨੇ ਸ਼ਾਇਦ ਇੱਕ ਜਾਂ ਦੋ ਚੈਪਟਰ ਐਮ ਦੇ ਹੋਣਗੇ ਜਿਦੇ ਲਈ ਆਪਾਂ ਨੂੰ ਇੱਕ ਤੋਂ ਜ਼ਿਆਦਾ ਵੀਡੀਓਜ਼ ਬਣਾਉਣੀਆਂ ਪੈਣਗੀਆਂ ਨਹੀਂ ਤਾਂ ਸਾਰੇ ਆਪਾਂ ਇੱਕ ਚੀਜ਼ ਕਵਰ ਕਰ ਲਾਂਗੇ ਠੀਕ ਹੈ ਜੀ ਬਾਕੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਨਵੇਂ ਜੁੜੇ ਬੱਚੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇ ਨੀਚੇ ਕਮੈਂਟ ਬਾਕਸ ਦੇ ਵਿੱਚ ਦੱਸਦੇ ਰਿਹਾ ਕਰੋ ਕੇ ਵੀਡੀਓਜ਼ ਸੀਰੀਜ਼ ਕੇ ਵਿੱਚ चल रही है ठीक चल रही है या जे ਤੁਹਾਡੇ ਲਈ ਕੋਈ ਨਹੀਂ ਇਹ ਫਾਇਦੇਮੰਦ ਦਿੱਤਾ ਤੁਸੀਂ ਦੱਸ ਸਕਦੇ ਹੋ